राजा थीगा उधर राजे थे चार झगड़े पग ओ एक दिन चे टाइम ओ है ना झगड़ा नबेड़न का बैठ का वो जाता जाता राणी नू कह गया कहना भी झगड़िया का फैसला तय करना कहती कोई नी जी मैं ढाई मिनट लू झगड़ा सभा लगती होंगी अगे राजा की सभा दे विच राणी राजे वाली कुर्सी ते विराजमान बैठी है वो इधरले पासे बह के जिहदे झगड़ा ती समझदे चारे जिहड़े समझ लै मुरजमती वो चार इधरले पासे बैठे राणिया सामने बैठी है दूजे पासे वजीर बैठा है जिन्हें कि वजीर के घर वाली बैठी है बराबर होर नौकरनिया चुकरनिया बैठिया नेड़ियां नाल तीरा जी दी ते वो कहिंदे ओए उहनूं कहिंदे भी दसो भाई की गड़बड़ है कहिंदी भैणे गड़बड़ तां कुछ नहीं भी इन्हां नूं साडे बंदिआं नूं पता है कहना बंद पता कहते हाँ कहते भाई दसो मेरे को टाइम नहीं है होर भी ने कई झगड़े वो भी नबेड़ने ने राणी फुकरी होगी क्योंकि तो सभा च बैठी है नहीं थी बेचारी उन्होंने आखे भी हूँ मई हाँ होर तो इतने कोई है नहीं वो कहती भी चार भी तीन चार झगड़े ने तीन चार होर पे ने भाई वह भी तोरने ने मैं नबेड़ो काम वो भाई एक ने दसा लग गया कहना राणी ए करके भी आह झगड़ा भी मैं रोज तंग करते ने ਇਹ ਗਵਾਂਢੀ ਨੇ ਰੋੜੇ ਮਾਰਦੇ ਨੇ ਗਲਾਂ ਕੱਢਦੇ ਨੇ ਉਹ ਕਹਿੰਦੀ ਭਾਈ ਹਾਂ ਦੱਸ ਖੜਾ ਹੋਵੋ ਜਿਹੜਾ ਰੋੜੇ ਮਾਰਦਾ ਉਹ ਵੀ ਖੜਾ ਹੋ ਗਿਆ ਮੇਰੇ ਵਰਗਾ ਕਹਿੰਦਾ ਵੀ ਰਾਣੀ ਸਾਹਿਬ ਨੂੰ ਐਂ ਪੁੱਛੋ ਇਹਨਾਂ ਨੂੰ ਵੀ ਰੋੜੇ ਮੈਂ ਕਿਉਂ ਮਾਰਦਾ ਉਹ ਕਹਿੰਦੀ ਭਾਈ ਮੈਂ ਪੁੱਛ ਲੈਂਦੀ ਹੈ ਕਹਿੰਦੀ ਵੀ ਰੋੜੇ ਕਿਉਂ ਮਾਰਦਾ ਭਾਈ ਤੂੰ ਇਹਦੇ ਕਿਉਂ ਮਾਰਦਾ ਤੁਹਾਡੇ ਘਰੇ ਕਿਹੜੀ ਗੱਲੋਂ ਮਾਰਦਾ ਉਹ ਕਹਿੰਦਾ ਵੀ ਮੈਂ ਰੋੜੇ ਮਾਰਦਾ ਇਸ ਗੱਲੋਂ ਜੇਬ 'ਚ ਪਾ ਦੇ ਤੇ ਵੀ ਇਹ ਮੰਨ ਕੇ ਚੱਲ ਵੀ ਇਹ ਮੈਨੂੰ ਰੋਜ਼ ਇਹਨਾਂ ਦਾ ਮੁੰਡਾ ਦੇਖ ਕੇ ਖੰਘੂਰ ਮਾਰਦਾ ਉਹ ਕਹਿੰਦੀ ਫਿਰ ਮੁੰਡੇ ਨੂੰ ਸੱਦੋ ਉਹ ਵੀ ਜਾ ਚੌਂਕੀਦਾਰ ਆ ਕੇ ਮੁੰਡੇ ਨੂੰ ਲਿਆ ਸੱਦ ਕੇ ਉਹ ਵੀ ਬੈਠੇ ਦੂਜੇ ਉਹ ਕਹਿੰਦੇ ਜੀ ਜਦੋਂ ਨੂੰ ਮੁੰਡਾ ਆਊ ਉਦੋਂ ਤਾਂ 20 ਝਗੜੇ ਨਿਬੜ ਜਾਣਗੇ ਤੂੰ ਸਾਡਾ ਨਿਬੇੜ ਦੇ ਮੁੰਡਾ ਖਬਰ ਕਿੱਥੇ ਹੋਏਦਾ ਕਿ ਚੌਂਕੀਦਾਰ ਕਿੱਥੋਂ ਕੋਲ ਮੁੰਡੇ ਨੂੰ ਉਹ ਕਹਿੰਦੀ ਕੋਈ ਨਾ ਆ ਜਾਣ ਦੇ ਮੁੰਡਾ ਹੁਣ ਕਿੱਥੋਂ ਦਾ ਭਾਈ 2 ਘੰਟੇ ਲੱਗ ਗਏ ਉਹ ਭਾਈ ਰਾਣੀ ਕਹਿੰਦੀ ਕਿ ਵੀ ਉਹ ਭਾਈ ਦੂਜੇ ਨੂੰ ਸੱਦ ਰਿਹਾ ਕਹਿੰਦੀ ਭਾਈ ਉਹ ਤਾਂ ਮੁੰਡਾ ਤਾਂ ਆਇਆ ਨਹੀਂ ਤੂੰ ਖੜਾ ਹੋ ਕੀ ਗੱਲ ਹੈ ਕਾਹਦੀ ਤਲਾਹ ਤੇਰੀ ਰਾਜੇ ਕੋਲੇ ਕਹਿੰਦਾ ਵੀ ਐਂ ਕਰਕੇ ਭਾਈ ਹਜੇ ਪਾਣੀ ਤੇ ਟਿਕੇ ਕਹਿੰਦਾ ਇਹਨੇ ਧੱਕੇ ਨਾਲ ਪਾਣੀ ਵੱਢ ਲਿਆ ਮੇਰਾ ਕਹਿੰਦਾ ਵੀ ਨੈਣੇ ਮੈਨੂੰ ਦਿੱਤੀਆਂ ਗਾਲਾਂ ਵੀ ਕੱਲ੍ਹ ਨੂੰ ਫਿਰ ਵੱਢੂਗਾ ਉਹ ਕਹਿੰਦੀ ਭਾਈ ਪਾਣੀ ਵਾਲਾ ਖੜਾ ਹੋਵੋ ਉੱਧਰ ਦੂਜੇ ਪਾਸੇ ਉਹ ਖੜਾ ਹੋ ਗਿਆ ਮੁਰਜਮ ਉਹ ਕਹਿੰਦਾ ਵੀ ਭਾਈ ਇਹਨੂੰ ਐਂ ਪੁੱਛ ਵੀ ਮੈਂ ਪਾਣੀ ਕਿਉਂ ਵੱਢਿਆ ਉਹ ਕਹਿੰਦੀ ਭਾਈ ਦੱਸ ਇਹਨੇ ਕਿਉਂ ਵੱਢਿਆ ਕਹਿੰਦਾ ਜੀ ਇੰਨੇ ਮਿੰਟ ਪਹਿਲਾਂ ਵੱਢ ਲਿਆ ਇੰਨੇ ਮਿੰਟ ਬੰਦ ਦਿੱਤੀ ਵਾਰੀ ਦੇ ਕਹਿੰਦਾ ਨਾ ਜੀ ਇਹ ਤਾਂ ਘੜੀ ਮੰਗ ਲਈ ਫਿਰਦਾ ਤੀ ਉਹ ਕਹਿੰਦੀ ਭਾਈ ਫਿਰ ਘੜੀ ਦਾ ਹੁਣ ਮੈਨੂੰ ਕੀ ਪਤਾ ਲੱਗੂ ਕਹਿੰਦਾ ਜੀ ਐਂ ਕਰੋ ਮੋਗੇਦਾਰ ਨੂੰ ਸੱਦ ਲਓ ਅੱਗੇ ਮੋਗੇਦਾਰ ਹੁੰਦੇ ਸੀ ਕਹਿੰਦਾ ਜੀ ਮੋਗੇਦਾਰ ਨੂੰ ਸੱਦ ਲਓ ਉਹਨੇ ਠਾਇਆ ਮੈਨੂੰ ਮੈਂ ਸਹੀ ਟਾਈਮ ਤੇ ਗਏ ਮੈਂ ਜਾ ਉਹਨੇ ਕਿਹਾ ਮੈਨੂੰ ਨੱਕਾ ਲਾ ਲਾ ਜਾ ਕੇ ਮਿਲਾ ਲਿਆ ਉਹ ਭਾਈ ਮੋਗੇਦਾਰ ਹੁਣ ਕਿਤੇ ਗਿਆ ਹੋਇਆ ਉਹ ਕਹਿੰਦੀ ਜਾ ਵੀ ਚੌਂਕੀਦਾਰ ਲਿਆ ਮੋਗੇਦਾਰ ਨੂੰ ਕਹਿੰਦਾ ਮੈਨੂੰ ਤਾਂ ਲੱਤਾਂ ਲੱਗ ਗਿਆ ਤੂੰ ਹੁਣ ਪਹਿਲਾਂ ਮੁੰਡਾ ਭਾਲ ਕੇ ਲੈਂਦਾ ਤੂੰ ਮੁੰਡਿਆਂ ਦਾ ਫੈਸਲਾ ਕਰੇ ਤੇ ਮੈਂ ਮੋਗਾ ਨੂੰ ਲਿਆਉਣਾ ਭਾਲ ਕੇ ਇਹ ਤੇ ਭਾਈ ਰਾਜਾ ਆ ਗਿਆ ਹੁਣ ਫੈਸਲਾ ਦੋਨਾਂ ਦਿਨ ਹੋਇਆ ਉਹ ਕਹਿੰਦੀ ਰਾਜਾ ਜਦੋਂ ਦੇਖ ਲਿਆ ਉਹਨੇ ਆਉਂਦਾ ਕੁਰਸੀ ਤੇ ਬੈਠੀ ਬੈਠੀ ਹੋਰ ਚੌੜੀ ਹੋ ਗਈ ਵੀ ਰਾਜਾ ਮੈਨੂੰ ਚੰਗਾ ਕਹੂ ਰਾਜਾ ਆ ਕੇ ਖੜ ਗਿਆ ਘੋੜਾ ਲੈ ਕੇ ਘੋੜੇ ਤੋਂ ਉਤਰਿਆ ਰਾਜਾ ਘੋੜੇ ਦੇ ਫੜਿਆ ਗਲਾਮ ਤੇ ਨੌਕਰ ਨੇ ਘੋੜਾ ਪਰਾਂ ਕਰਤਾ ਰਾਜਾ ਖੜਾ ਹੈ ਮੁੱਕਿਆ ਦਿਆ ਤਤਰੀ ਇਹ ਸੁਣਦਿਆਂ ਫੈਸਲਾ ਰਾਣੀ ਦਾ ਅਖ ਨੂੰ ਰਾਣੀ ਆ ਇਹ ਵੀ ਬਰਾਬਰ ਦੀ ਹਿੱਸੇਦਾਰ ਹੈ ਵੀ ਬੰਦੇ ਕਹਿ ਕਹਾਵਤ ਆ ਨਾ ਕਿ ਜਦੋਂ ਜਨਾਨੀ ਵਿਆਹੀ ਜਾ ਵੀ ਹਿੱਸੇਦਾਰ ਹੋ ਜਾਂਦੀ ਹੈ ਹੁਣ ਰਾਜੇ ਨੇ ਦੇਖਿਆ ਵੀ ਹੈਗੇ ਹਿੱਸੇਦਾਰ ਕਿ ਵੀ ਕਹਿੰਦੇ ਨੇ ਕਿ ਭਾਈ ਉਹ ਕਹਿੰਦਾ ਰਾਣੀ ਸਾਹਿਬ ਕੋਈ ਫੈਸਲਾ ਹੋਇਆ ਕਹਿੰਦੀ ਜੀ ਹੋ ਹੀ ਜਾਂਦਾ ਸੁਣੀ ਚੱਲੋ ਹੁਣ ਭਾਈ ਮੋਗੇਦਾਰ ਨਾ ਆਇਆ ਕਹਾਂ ਖੜਾ ਫੇਰ ਝਾਕੀ ਜਾਣਾ ਉਹ ਕਹਿੰਦਾ ਰਾਣੀ ਇੰਨੇ ਜਮ ਚ ਤਾਂ ਤੂੰ ਸਾਰੇ ਦਿਨ ਚ ਨਹੀਂ ਝਗੜਾ ਨਿਬੇੜਦੀ ਝਗੜੇ ਤਾਂ ਚਾਰ ਹੋਰ ਉਹਨੂੰ ਤਿਆਰ ਨੇ ਇਹ ਪਿੰਡ ਦਾ ਕੰਮ ਹੈ ਤੁਸੀਂ ਇਹਦੇ ਨੇ ਨਿਬੇੜ ਕਹਿੰਦੀ ਵੀ ਤੀਜਾ ਖੜਾ ਹੋਵੋ ਦੱਸੋ ਕੀ ਗੱਲ ਹੈ ਤੀਜਾ ਕਹਿੰਦਾ ਜੀ ਐਂ ਕਰਕੇ ਦਲਾ ਪੂਰਾ ਟੱਬਰ ਪਾਥੀਆਂ ਪਾਸਦਾ ਤੀ ਇਹਦੇ ਘਰ ਵਾਲੀ ਨੇ ਲੜ ਪਈ ਗਾਲਾਂ ਗੁਣਾ ਕੱਢਣ ਲੱਗ ਤੇ ਉਹ ਕਹਿੰਦਾ ਓਏ
ਉਹਨੂੰ ਕਹਿੰਦਾ ਕਿ ਵੀ ਇਹ ਪਾਥੀਆਂ ਪਾ ਦਿੱਤੀ ਮੇਰੇ ਘਰ ਵਾਲੀ ਵੀ ਇਹਨੇ ਹਾਲਾ ਗਾਲਾਂ ਕੱਢੀਆਂ ਬਾੜੇ ਪਿੱਛੇ ਪਾਥੀਆਂ ਦੇ ਪਿੱਛੇ ਉਹ ਕਹਿੰਦੀ ਵੀ ਭਾਈ ਖੜਾ ਹੋ ਉਹ ਕਹਿੰਦਾ ਵੀ ਉਹ ਕਹਿੰਦਾ ਜੀ ਮੈਂ ਤਾਂ ਬਾੜੇ ਚ ਨਹੀਂ ਤੀ ਮੇਰੇ ਤੇ ਕਾਹਦੀ ਤਲਾ ਗਾਲਾਂ ਇਹਦੇ ਘਰ ਵਾਲੀ ਨੇ ਕੱਢੀਆਂ ਨੇ ਮੇਰੇ ਘਰ ਵਾਲੀ ਨੂੰ ਉਹਨਾਂ ਨੂੰ ਦੋਨਾਂ ਨੂੰ ਸਾਹਮਣੇ ਸਾਹਮਣੇ ਕਰੋ ਸਾਡਾ ਕੀ ਰੋਲਾ ਮੈਨੂੰ ਤਾਂ ਇਹ ਨੀ ਪਤਾ ਵੀ ਪਾਥੀਆਂ ਕਿੱਥੇ ਪਾਤੀਆਂ ਨੇ ਇਹ ਉਹ ਕਹਿੰਦੀ ਵੀ ਜਾ ਚੁੱਕੀ ਤਰ੍ਹਾਂ ਦੇ ਘਰ ਵਾਲੇ ਨੂੰ ਲਿਆ ਦੋਨਾਂ ਦੇ ਰਾਜਾ ਦੇਖੀ ਗਿਆ ਜਦੋਂ ਦੁਪਹਿਰਾ ਹੋ ਗਿਆ ਰਾਜਾ ਕਹਿੰਦਾ ਰਾਣੀ ਕੁਰਸੀ ਤੋਂ ਖੜੀ ਹੋ ਕਹਿੰਦੀ ਕਿਉਂ ਕਹਿੰਦਾ ਕਦੇ ਖੜੀ ਹੋ ਜਾ ਹੁਣ ਰਾਣੀ ਨੂੰ ਤਾਂ ਮਸਾਂ ਮੌਕਾ ਮਿਲਿਆ ਸੀ ਸਾਰੀ ਉਮਰ ਚ ਜਦੋਂ ਭਾਈ ਰਾਣੀ ਭਾਈ ਕੋਲ ਖੜੀ ਹੋ ਗਈ ਤੇ ਰਾਜਾ ਬਹਿ ਗਿਆ ਕਹਿੰਦਾ ਬਹਿ ਜਾਓ ਵਿਚਾਰੇ ਤੂੰ ਵੀ ਬਹਿ ਜਾ ਕਹਿੰਦਾ ਬਹਿ ਜਾ ਚੌਂਕੀ ਤਰ੍ਹਾਂ ਕਹਿੰਦਾ ਹਾਂ ਦੱਸ ਵੀ ਤੇਰਾ ਕੀ ਰੋਲ ਹੈ ਕਹਿੰਦਾ ਜੀ ਐਂ ਕਰਕੇ ਸਾਡੇ ਰੋੜੇ ਮਾਰਦਾ ਰੋਜ਼ ਕਹਿੰਦਾ ਵੀ ਤੂੰ ਰੋੜੇ ਕੋ ਮਾਰਦਾ ਕਹਿੰਦਾ ਜੀ ਇਹਨੂੰ ਪੁੱਛੋ ਕਿਉਂ ਮਾਰਦਾ ਕਹਿੰਦਾ ਵੀ ਇਹਨੂੰ ਕਿਉਂ ਪੁੱਛਾ ਰੋੜੇ ਤੂੰ ਮਾਰਦਾ ਤੈਨੂੰ ਰਾਜੇ ਦਾ ਫੈਸਲਾ ਦੱਸਦਾ ਪਹਿਲਾਂ ਰਾਣੀ ਦਾ ਫੈਸਲਾ ਤੇ ਹੁਣ ਰਾਜੇ ਦਾ ਦੱਸਦਾ ਵੀ ਉਹਨੇ ਕਿੰਨੇ ਮਿੰਟ 'ਚ ਫੈਸਲਾ ਕਰਿਆ ਕਹਿੰਦਾ ਜੀ ਮੈਂ ਕਰਕੇ ਦੇ ਲਾ ਰੋੜੇ ਤਾਂ ਮਾਰਦਾ ਇਹਦਾ ਮੁੰਡਾ ਮੈਨੂੰ ਖੂੰਗੂਰਾ ਮਾਰਦਾ ਦੇਖ ਕੇ ਕਹਿੰਦਾ ਫਿਰ ਮੁੰਡੇ ਦੀ ਮਾਰਦਾ ਘਰੇ ਕੁ ਮਾਰ ਕੇ ਹੋ ਜਾਂਦਾ ਮੁੰਡੇ ਦੇ ਮਾਰ ਫੜ ਕੇ ਦੋ ਥਾਪੜੇ ਮੁੰਡਾ ਆਪੇ ਮੇਰੇ ਕੋਲੇ ਆਊ ਮੈਂ ਆਪੇ ਪੁੱਛ ਲੂੰ ਇਸ ਤੋਂ ਬਾਅਦ ਕਹਿੰਦਾ ਜੇ ਰੋੜਾ ਮਾਰਿਆ ਖਬਰਦਾਰ ਮੁੰਡੇ ਦੇ ਮਾਰੀ ਦੋ ਥਾਪੜੇ ਮੁੰਡਾ ਮੇਰੇ ਕੋਲੇ ਆਊ ਮੈਂ ਤੈਨੂੰ ਆਪੇ ਜਿਹੜਾ ਡੰਡ ਹੋ ਦੂੰ ਕਿਉਂਕਿ ਉਹਨੇ ਕਾਹਨੂੰ ਰੋੜੇ ਮਾਰਨੀ ਤੀ ਠੀਕ ਹੈ ਉਹਨੂੰ ਪਤਾ ਸੀ ਵੀ ਰਾਜਾ ਡੰਡ ਲਊ ਮੈਨੂੰ ਹੁਣ ਕਹਿੰਦਾ ਤੂੰ ਦੱਸ ਕੀ ਗੱਲ ਹੈ ਕਹਿੰਦਾ ਜੀ ਐਂ ਕਰਕੇ ਪਾਣੀ ਵੱਢ ਲਿਆ ਨੇ ਮੈਥੋਂ ਇੰਨਾ ਚਿਰ ਪਹਿਲਾਂ ਤੇ ਕਹਿੰਦਾ ਜੀ ਮੈਨੂੰ ਮੋਗੇ ਦਾ ਉਹ ਕਹਿੰਦਾ ਵੀ ਪਾਣੀ ਪਹਿਲਾਂ ਕਿਉਂ ਵੱਢਿਆ ਕਹਿੰਦਾ ਜੀ ਮੈਨੂੰ ਮੋਗੇ ਦਾ ਨੇ ਤੁਰਿਆ ਕਹਿੰਦਾ ਫਿਰ ਤਾਂ ਡਿਊਟੀ ਤਾਂ ਸਹੀ ਹੈ ਰੌਲਾ ਕਹਿੰਦਾ ਇਵੇਂ ਟਾਈਮ ਬਰਬਾਦ ਕਿਉਂ ਕਰਿਆ ਕਹਿੰਦਾ ਕਿਉਂ ਕਹਿੰਦਾ ਤੁਸੀਂ ਦੁਪਹਿਰ ਦੇ ਬੈਠੇ ਹੋ ਇੰਨੇ ਚਿਰ ਤੱਕ ਦੀ ਵਾਰੀ ਪੁੱਛ ਕੇ ਤਾਂ ਮੈਂ ਠੋਰ ਲਾ ਲੈਂਦਾ ਇੱਥੇ ਬੈਠੇ ਕਰਦਾ ਇਹ ਕਹਿੰਦਾ ਰੌਲਾ ਮੋਗੇਦਾਰ ਨੇ ਤੋਰ ਤਾਂ ਮੋਗੇਦਾਰ ਦੀ ਜ਼ਿੰਮੇਵਾਰੀ ਹੈ ਮੋਗੇਦਾਰ ਨੇ ਤੋਰਿਆ ਪਾਣੀ ਤੇ ਕਹਿੰਦਾ ਹਾਂਜੀ ਕਹਿੰਦਾ ਮੋਗੇਦਾਰ ਨੂੰ ਪੁੱਛਿਆ ਜਾਵੇ ਉਹ ਕਹਿੰਦਾ ਬਾ ਪੁੱਛ ਲਿਆ ਇਹ ਬਾਅਦ ਚ ਪੁੱਛੂ ਮੈਂ ਇਹ ਮੇਰੇ ਕੰਮ ਬਾਅਦ ਚ ਨੇ ਪੁੱਛਣ ਦੇ ਜੇ ਤੂੰ ਅਪਰਾਧੀ ਹੋਇਆ ਤੈਨੂੰ ਸਜ਼ਾ ਰੱਖੀ ਜਾਊ ਜੇ ਅਪਰਾਧੀ ਹੋਇਆ ਤੈਨੂੰ ਰੱਖੀ ਜਾਊ ਉਹ ਕਹਿੰਦਾ ਜੀ ਸਾਡਾ ਤਾਂ ਰਾਜੀ ਬੰਦਾ ਸਜ਼ਾ ਦੀ ਲੋੜ ਹੀ ਨਹੀਂ ਕਹਿੰਦਾ ਫਿਰ ਜਾਓ ਕਰੋ ਇੱਥੇ ਕਰਨਾ ਤੀਜੇ ਨੂੰ ਕਹਿੰਦਾ ਹਾਂ ਬਈ ਕਹਿੰਦਾ ਜੀ ਐਂ ਕਰਕੇ ਮੇਰੇ ਘਰ ਵਾਲੀ ਪਾਥੀਆਂ ਵਾਸ ਦਿੱਤੀ ਇਹਦੇ ਘਰ ਵਾਲੀ ਨੇ ਇਹਦੇ ਨਾਲ ਪਾਥੀ ਮਾਰੀ ਨੇੜੇ ਉਹਨੂੰ ਕਹਿੰਦੇ ਵੀ ਸਾਡੇ ਬਾੜੇ 'ਚ ਪਾਥੀਆਂ ਤੂੰ ਪਾਥੀਆਂ ਕਹਿੰਦਾ ਜੀ ਉਹ ਪੰਚਾਇਤੀ ਥਾਂ ਕੋਈ ਵੀ ਪੱਤ ਸਕਦਾ ਕਹਿੰਦਾ ਮੈਂ ਤੇਰੀ ਗੱਲ ਮੰਨਦਾ ਪੰਚਾਇਤੀ ਥਾਂ ਕੋਈ ਪੱਤ ਸਕਦਾ ਐਂਦਾ ਕਹਿੰਦਾ ਪੰਚਾਇਤੀ ਜ਼ਮੀਨ ਪਈ ਆ ਫਿਰ ਉੱਥੇ ਜਾ ਕੇ ਹੁਣ ਪਾਥੀਆਂ ਪੱਥਣੀਆਂ ਨੇ ਸਾਰੇ 'ਚ ਓਨੇ ਹੀ ਵਰਤੋਂ ਜਿੰਨੀ ਦੀ ਲੋੜ ਹੈ ਗਾਹਾਂ ਕੋ ਵੱਧਦੇ ਹਾਂ ਜਾ ਕਹਿੰਦਾ ਜਿੰਨਾ ਜਿੰਨਾ ਥਾਂ ਬਣਦਾ ਓਨਾ ਓਨਾ ਮਿਣ ਕੇ ਪੱਥਰੋ ਜੇ ਗਾਹਾਂ ਵਧੀਆਂ ਤਾਂ ਦੇਖ ਲਓ ਉਹਨੂੰ ਕਹਿੰਦੇ ਜਾ ਕੇ ਕਹਿੰਦਾ ਨਹੀਂ ਪਰ ਉਹਨਾਂ ਨੂੰ ਸਜ਼ਾ ਦਿੱਤੀ ਜੋ ਉੱਠ ਕੇ ਤੁਰ ਗਏ ਰਾਣੀ ਖੜੀ ਚੱਕ ਗਈ ਹੁਣ ਰਾਣੀ ਨੇ ਜਿੱਥੇ ਤੱਕ ਇੱਕ ਜਾਣੇ ਨੂੰ ਸਦਮ ਤੋਰਿਆ ਤੇ ਉਹਨੇ ਉਹਨੇ ਤਿੰਨ ਫੈਸਲੇ ਕਰਤੇ ਰਾਜੇ ਨੇ ਉਹ ਕਹਿੰਦਾ ਵੀ ਰਾਣ ਚੌਥੇ ਨੂੰ ਕਹਿੰਦਾ ਵੀ ਤੂੰ ਦੱਸ ਕੀ ਗੱਲ ਹੈ ਕਹਿੰਦਾ ਜੀ ਐਂ ਕਰਕੇ ਦੇ ਲਾ ਇੰਨਾ ਚਿਰ ਹੋ ਗਿਆ ਇਹਨਾਂ ਨੂੰ ਮੈਂ ਆ ਗਰੀਬ ਬੰਦਾ ਜ਼ਮੀਨ ਜੀ ਤਾਂ ਮੈਂ ਸ਼ੀਸ਼ੇ ਠੇਕਿਆਂ 'ਤੇ ਪਾਉਣਾ ਮੇਰੇ ਕੋਲ ਆਪਦੀ ਹੀ ਨਹੀਂ ਕਹਿੰਦਾ ਜੀ ਇਹ ਮੈਨੂੰ ਹੈਰਾਨ ਕਰਦੇ ਨੇ ਜੇ ਮੈਂ ਕਿਤੇ ਬਲਦ ਬੱਸਾ ਪੁੱਛਣ ਵਗ ਜਾਂਦਾ ਉਹਨੂੰ ਕਹਿ ਦਿੰਦੇ ਨੇ ਬਲਦ ਬੱਸਾ ਨਾ ਦੀ ਉਹਨੂੰ ਅਸੀਂ ਨਹੀਂ ਤੇਰੇ ਆਉਣਾ ਕਹਿੰਦਾ ਜੀ ਮੈਨੂੰ ਗਰੀਬ ਹੈ ਗਰੀਬ ਨੂੰ ਕੋਈ ਮੈਨੂੰ ਪੁੱਛਦਾ ਨਹੀਂ ਮੇਰਾ ਆ ਰੋਲਾ ਕਹਿੰਦਾ ਜੀ ਮੈਨੂੰ ਬਥੇਰਾ ਕਿਹਾ ਵੀ ਭਾਈ ਮੈਥੋਂ ਆਪਦਾ ਕੰਮ ਧੰਦਾ ਕਰਾ ਲਓ ਤੁਸੀਂ ਮੇਰਾ ਵਾਅਦਾ ਕਰੋ ਨਾ ਕਹਿੰਦਾ ਮੇਰਾ ਪਾਉਂਦੇ ਨੇ ਜੀ ਇਹ ਨਾ ਮੈਨੂੰ ਕਿਸੇ ਦਾ ਬਲਦ ਬੱਸਾ ਪੁੱਛਦੇ ਨੇ ਉਹ ਕਹਿੰਦਾ ਆ ਰੋਲਾ ਇਹਨੂੰ ਕਹਿੰਦੇ ਹੁੰਦੇ ਨੇ ਰੋਲਾ ਰਾਜਾ ਕਹਿੰਦਾ ਕਹਿੰਦਾ ਵੀ ਲੈ ਤੁਸੀਂ ਤਾਂ ਤਿੰਨੇ ਜਾਓ ਕਹਿੰਦਾ ਤੂੰ ਆ ਵੀ ਨੇੜੇ ਕਹਿੰਦਾ ਹਾਂ ਕਹਿੰਦਾ ਤੈਨੂੰ ਕਹਦਾ ਘਮੰਡ ਹੈ ਕਹਿੰਦਾ ਜੀ ਰਾਜਾ ਮੈਨੂੰ ਤਾਂ ਕੋਈ ਘਮੰਡ ਨਹੀਂ ਕਹਿੰਦਾ ਗਰੀਬ ਬੰਦਾ ਕਿਸੇ ਦੇ ਦਿਹਾੜੀ ਲਵਾ ਕੇ ਬਲਦ ਬੱਸਾ ਪੁੱਛਦਾ ਫਿਰ ਆਪਦਾ ਦੁੱਧ ਕੇ ਵਹਾਣ ਪਾਉਂਦਾ ਇਹ ਸਿੱਟਕੇ ਤੇ ਤੂੰ ਅਗਲੇ ਨੂੰ ਮਕਰਾਉਣ ਜਾਂਦਾ ਪਹਿਲਾਂ ਦੱਸ ਵੀ ਤੈਨੂੰ ਕੀ ਹੋ ਸਕਦਾ ਵੀ ਇਹ ਚੀਜ਼ 'ਚ ਨਾ ਤੂੰ ਮਕਰਾਉਣਾ ਤੈਨੂੰ ਇਹਨੇ ਆਖਿਆ ਵੀ ਤੂੰ ਭਾਈ ਮੈਨੂੰ ਕੰਮ ਧੰਦਾ ਕਰਾ ਲੈ ਮੈਥੋਂ ਤੂੰ ਵਾਧੇ ਤੇਰੇ ਕੋਈ ਜੋੜੀ ਬਲਦਾਂ ਦੀ ਹੈ ਤੂੰ ਵਾਧੇ ਤੂੰ ਤਾਂ ਉਹੀ ਕੰਮ ਇਹ ਤੋਂ ਕਰਾ ਲੈ ਉਹ ਕਹਿੰਦਾ ਜੀ ਮੈਂ ਤਾਂ ਕਿਸੇ ਨੂੰ ਕਿਹਾ ਨਹੀਂ ਮੈਂ ਤਾਂ ਕਿਸੇ ਨੂੰ ਕਿਹਾ ਨਹੀਂ ਉਹ ਹੁਣ ਗਵਾਹ ਨੂੰ ਨਾਲ ਲੈ ਕੇ ਆਇਆ ਸੀ ਉਹ ਕਹਿੰਦਾ ਜੀ ਆਹ ਬੰਦਾ ਬੈਠੇ ਨੂੰ ਪੁੱਛ ਲਓ ਉਹ ਕਹਿੰਦਾ ਹਾਂਜੀ ਗੱਲ ਇਹੀ ਹੈ ਇਹਨੂੰ ਤੰਗ ਕਰਦਾ ਅਤੇ ਇਹਦੇ ਕੋਲ 4 ਕਿੱਲੇ ਜ਼ਮੀਨ ਹੈ ਕੋਲੇ ਜੋੜੀ ਬਲਦਾਂ ਦੀ ਹੈ ਇਹਨੂੰ ਬੰਦੇ ਨੂੰ ਹੰਕਾਰੀ ਹੈ ਅਤੇ ਇਹ ਬੰਦਾ ਭਲਾ ਮਾਨਸ ਹੈ ਇਹਦੀ ਭਲੇ ਮਾਨਸ ਦੀ ਕੁਛ ਹੁੰਦਾ ਨਹੀਂ ਉਹ ਵਜ਼ੀਰ ਨੂੰ ਕਹਿੰਦਾ ਵੀ ਐਂ ਕਰ ਦੋ ਬੰਦੇ ਪੁਲਿਸ ਵਾਲੇ ਲੈ ਕੇ ਆਓ ਹੁਣ ਪੁਲਿਸ ਖੜੇ ਸਾਈਡ 'ਤੇ ਹੁੰਦੀ ਤੀ ਰਾਜੇ ਦੇ ਉਹ ਸਾਹਮਣੇ ਤੀ ਪੁਲਿਸ ਹੁੰਦੀ ਹੁੰਦੀ ਉਹਨੇ ਵੀ ਪੁਲਿਸ ਨੂੰ ਆਰਡਰ ਦਿੱਤਾ ਵੀ ਇਹ ਬੰਦੇ ਨੂੰ ਗ੍ਰਿਫਤਾਰ ਕਰ ਲਓ ਜਦੋਂ 4 ਦਾ ਫੈਸਲਾ ਕਰਕੇ ਖੜਾ ਰਾਜਾ ਤੁਰਨ ਲੱਗਿਆ ਰਾਣੀ ਨੇ ਭਾਈ ਉਹ ਅੱਗੇ ਸਤਿ ਸ਼੍ਰੀ ਅਕਾਲ ਬੁਲਾਉਂਦੀਆਂ ਹੱਥ ਬੰਨ ਕੇ ਸਤਿ ਸ਼੍ਰੀ ਅਕਾਲ ਬੁਲਾਈ ਕਹਿੰਦੇ ਸਤਿ ਸ਼੍ਰੀ ਅਕਾਲ ਜੇ ਉਦੋਂ ਦੀ ਬੁਲਾਈ ਹੁੰਦੀ ਤਾਂ ਮੈਨੂੰ ਸਭਾ 'ਚ ਆਉਣ ਦੀ ਲੋੜ ਨਹੀਂ ਤੀ ਕਹਿੰਦਾ ਤੂੰ ਤਾਂ ਕਹਿ ਬੰਦਾ ਸੱਦਣ ਜਾਂਦੀ ਆ ਤਾਂ ਫਿਰ ਕਹਿੰਦਾ ਚੱਲ ਪੇ ਰਾਜਾ ਜੇ ਬੰਦੇ ਸੱਦਦੇ ਫਿਰਦੇ ਰਹੇ ਫਿਰ ਤਾਂ ਰਾਜ ਹੀ ਚਲਾ ਹਟੇ ਇਹ ਰਾਜ ਕਹਿੰਦਾ ਦਿਮਾਗ ਦੇ ਨੇ
ਪੈਰਾਂ ਦੇ ਨਹੀਂ। ਕਹਿੰਦੀ ਕਿਉਂ? ਕਹਿੰਦਾ ਰਾਜ ਜੇ ਵੀ ਕਰਨਾ ਦਿਮਾਗ ਦਾ, ਮੈਂ ਇੱਕ ਮਿੰਟ 'ਚ ਫੈਸਲਾ ਕਰਤਾ। ਕਹਿੰਦਾ ਤੂੰ ਤੜਕੇ ਤੁਰੀ ਫਿਰਦੀਆਂ ਮੋਗੇਦਾਰ ਨੂੰ ਲਿਓ, ਫਲਾਨੇਦਾਰ ਨੂੰ ਲਿਓ, ਧਮਕੇਦਾਰ ਨੂੰ ਲਿਓ। ਇਹ ਕਹਿੰਦਾ ਹੁਣ ਫੈਸਲੇ ਚਾਰਾਂ ਦਿਨਾਂ ਤੋਂ ਹੋ ਗਏ ਨਾ। ਕਹਿੰਦਾ ਪਰ ਮੈਂ ਫੈਸਲਾ ਇਹ ਹਜੇ ਕਰਿਆ ਨਹੀਂ, ਮੈਂ ਮੋਗੇਦਾਰ ਨੂੰ ਵੀ ਪੁੱਛੂ, ਚੌਂਕੀਦਾਰ ਨੂੰ ਤੋਰੂੰਗਾ ਵੀ ਸੱਦੋ ਮੋਗੇਦਾਰ ਨੂੰ, ਉਸ ਪੁੱਛੂ ਮੈਂ ਮਹਿਲਾਂ 'ਚ ਸੱਦ ਕੇ ਵੀ ਰਾਣੀ ਵੀ ਤੈਨੂੰ ਫੇਰ ਸੱਚ ਪਤਾ ਲੱਗੂ ਵੀ ਮੋਗੇਦਾਰ ਨੂੰ ਉਠਾਇਆ ਤੋਰਿਆ ਕਿ ਨਾ ਤੋਰਿਆ, ਕਿਆ ਉਹ ਧੱਕੇ ਨਾ ਗਿਆ? ਜੋ ਧੱਕੇ ਨਾ ਗਿਆ ਤੈਨੂੰ ਸਜ਼ਾ ਦਿੱਤੀ ਜੋ। ਜਿਹੜਾ ਕਹਿੰਦੀ ਨਾ ਵੀ ਮੇਰੇ ਮੁੰਡਾ ਵੀ ਉਹ ਕਰਦਾ, ਕਹਿੰਦਾ ਉਹਦਾ ਮੁੰਡਾ ਵੀ ਬੁਲਾਇਆ ਜੋ ਵੀ ਤੂੰ ਉਹਨੂੰ ਗਾਲ ਕੱਢਦਾ ਕਿ ਨਾ ਕੱਢਦਾ, ਜੇ ਉਹਨੇ ਗਾਲ ਨਾ ਕੱਢਦਿਆ ਹੋਇਆ ਮੁੰਡਾ ਤਾਂ ਕਹਿੰਦਾ ਫਿਰ ਮੈਂ ਭਾਈ ਸਾਹਿਬ ਜੀ ਉਹਨੂੰ ਸਜ਼ਾ ਦੂੰ ਵੀ ਤੂੰ ਰੋੜੇ ਮਾਰਨਾ ਅਗਲੇ ਦੇ ਘਰੇ। ਕਹਿੰਦਾ ਫੈਸਲਾ ਨਹੀਂ ਹਜੇ ਮੈਂ ਕਰਿਆ, ਹਜੇ ਤਾਂ ਤਲਾਈ ਕਰੀ ਉਹਨਾਂ ਨੂੰ, ਸੱਦੂ ਤਾਂ ਮੈਂ ਬਾਅਦ 'ਚ ਜੇ ਕਚਹਿਰੀਆਂ 'ਚ ਸੱਦਣ ਲੱਗ ਗਿਆ। ਕਹਿੰਦਾ ਫਿਰ ਤਾਂ ਭੀੜ ਹੋ ਜਾ ਕਰੂ। ਉਹ ਕਹਿੰਦੀ ਜੀ ਸੱਤ ਪਾਚਣ 'ਚ ਅੱਗੇ ਨੂੰ ਕੰਮ ਹੋ ਗਿਆ, ਮੈਂ ਆਹੀ ਕੰਮ ਕਰਿਆ ਕਰੂੰ। ਕਹਿੰਦਾ ਬਸ ਐਂ ਚੱਲੂ ਰਾਜ। ਕਹਿੰਦੀ ਚੰਗਾ।